ਉਸ ਉਪਦੇਸ਼ ਨਾਲ ਆਪਣੇ ਚਿੱਤ ਨੂੰ ਸਮਾ ਦਿੱਤਾ ਹੈ ਉਹਨਾਂ ਨੇ ਇੱਕ
ਜਦ ਯਾਦ ਕਰਦੇ ਹਾਂ ਤਾਂ ਦੁੱਖ ਔਰ ਰੋਗ ਨੇ ਉਹ ਸੌਂ ਜਾਂਦੇ, ਜਦ ਵਾਕਿਫ ਨੂੰ ਭੁੱਲ ਜਾਂਦੇ ਆ ਫਿਰ ਯਾਦ ਕਰਦੇ, ਫਿਰ ਦੁਖੀ ਹੁੰਦਾ ਤਾਂ ਨਸ਼ੇ ਵੀ ਉਹ ਖਾ ਜਾਂਦੇ ਨੇ, ਪਾਪ ਵੀ ਖਾਂਦੇ ਨੇ, ਦੁੱਖ ਕਲੇਸ਼ ਵੀ ਤੰਗ ਕਰਦੇ ਨੇ, ਫਿਰ ਵੀ ਨਾਸ ਕਰਦੇ ਨੇ ਬੰਦੇ ਨੂੰ ਜਿਹੜਾ ਭੁੱਲ ਜਾਂਦਾ। ਇਸ ਕਰਕੇ ਆਪਾਂ ਯਾਦ ਰੱਖੀਏ, ਇਹ ਵੀ ਬਾਰਾਂ ਮਾਸ ਦੇ ਵਿੱਚ ਪਰਮੇਸ਼ਵਰ ਦੇ ਭੁੱਲੇ ਹਾਂ ਵੀ ਆਪਾਂ ਸਦੇ ਹੋਏ ਹੋਏ ਨਾਮ ਤੇ ਲਗਨ ਜਨਮ ਯੋਗ ਨਾਮ ਨੂੰ ਭੁੱਲਿਆ, ਜਨਮਾਂ ਦਾ ਵਿਛੋੜਾ ਪੈ ਜਾਂਦਾ, ਰੋਗ ਪੈ ਜਾਂਦੇ, ਨਾ ਇੱਥੇ ਜ਼ਿੰਦਗੀ ਸੌਖੀ ਹੈ ਨਾ ਪ੍ਰਲੋਕ ਦੇ ਵਿੱਚ ਜ਼ਿੰਦਗੀ ਸੌਖੀ ਹੈ। ਸੋ ਸਤਿਗੁਰੂ ਜੀ ਗਾਇਆ ਕਰਦੇ ਨੇ ਲਿਖਿਆ ਪੋਵੇ ਨੇ ਸਤਿ ਮੇਰੇ ਸਾਧੂ ਹੋਊਗਾ, ਉਹਨੂੰ ਲਿਖਿਆ ਬੇ ਤੋਂ ਭਾਵ ਦੂਸਿਆ ਪਿਆ ਤੋਂ ਭਾਵ ਹੈ ਨਾਸ਼ ਕਰਨ ਵਾਲੀ ਕੋਈ ਵੀ ਚੀਜ਼ ਮਨ ਕਰਕੇ ਤਨ ਕਰਕੇ ਆਤਮਾ ਕਰਕੇ ਨਾਸ਼ ਕਰਨ ਵਾਲੀ ਕੋਈ ਵੀ ਚੀਜ਼ ਵੇੜੇ ਨਹੀਂ ਬਣ ਸਕਦੀ, ਜਿਹੜਾ ਸਾਧ ਸੰਗਤ ਵਿੱਚ ਆ ਕੇ ਵਾਕਿਆ ਦੇ ਗੁਣ ਪਾਉਂਦਾ ਹੈ, ਵਾਹਿਗੁਰੂ ਦੀ ਬਾਣੀ ਪੜ੍ਹਦਾ ਹੈ, ਸੱਚ ਨੂੰ ਸਦਾ ਸਿਮਰਦਾ ਰਹਿੰਦਾ ਹੈ, ਗੁਰੂ ਪਾਤਸ਼ਾਹ ਦੀ ਕੀਤੀ ਕੁਰਬਾਨੀ ਨੂੰ ਸਿੱਖਾਂ ਦੀ ਕੀਤੀ ਕੁਰਬਾਨੀ ਨੂੰ ਆਪਣੇ ਧਿਆਨ ਵਿੱਚ ਰੱਖਦਾ, ਉਹਦੇ ਨੇੜੇ ਉਹ ਜਿੱਤਿਆ ਜਿਹੜੀ ਹੈ ਨੇੜੇ ਨਹੀਂ ਆ ਸਕਦੀ ਕੋਈ ਵੀ ਚੀਜ਼ ਨਾਸ਼ ਕਰਨ ਵਾਲੀ ਨੇੜੇ ਪੜ੍ਹ ਦੇ। ਜਹਿ ਤੇ ਉੱਚੀ ਤੈਨ ਮੇਰੀ ਸੱਚੀ ਪ੍ਰੀਤ ਸਮਾਓ, ਜਿੱਥੋਂ ਇਹ ਜੀਵ ਆਤਮਾ ਪੈਦਾ ਹੋਈ ਵਾਹਿਗੁਰੂ ਵਿੱਚ ਪੈਦਾ ਹੋਈ, ਵਾਹਿਗੁਰੂ ਦੇ ਵਿੱਚ ਇਹ ਸਮਾ ਜਾਂਦੀ ਹੈ, ਜਿਹਨੇ ਆਪਣੀ ਸੁਰਤ ਵਾਹਿਗੁਰੂ ਦੇ ਨਾਲ ਜੋੜੀ ਸੱਚੀ ਪ੍ਰੀਤ ਉਹਦੇ ਮਨ ਦੇ ਵਿੱਚ ਸਮਾ ਜਾਂਦੀ ਹੈ। ਕਰਦ ਹੈ ਜੀਵਨੀ ਪਾਵ ਹੈ, ਗਹਿ ਤੋਂ ਭਾਵ ਹੈ, ਕਰ ਤੋਂ ਭਾਵ ਹੈ, ਹੱਥ ਗਹਿ ਤੋਂ ਭਾਵ ਹੈ ਪਕੜ ਲੈਣਾ, ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਜਿਹੜਾ ਪ੍ਰੀਤ ਕਰਦਾ ਹੈ ਆਪਣੀ ਪ੍ਰੀਤ ਰਾਹੀਂ ਬਾਣੀ ਰਾਹੀਂ, ਬਾਣੀ ਹੈ ਜਿਹੜਾ ਇਹ ਲੜ ਹੈ, ਹੱਥ ਹੈ ਵਾਹਿਗੁਰੂ ਦਾ, ਜਿਹਨੇ ਆਪਣੀ ਪ੍ਰੀਤ ਪਿਆਰ ਨਾਲ ਬਾਣੀ ਦਾ ਲੜ ਫੜ ਲਿਆ, ਸਤਿਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਮਨ ਵਿੱਚ ਪੈ ਜਾਂਦੀ ਹੈ, ਬਹੁੜ ਪਿਛੜੀਆ ਉਹਦਾ ਵਿਛੋੜਾ ਸੰਸਾਰ ਦੇ ਵਿੱਚ ਗੁਰੂ ਨਾਲ ਕਦੇ ਹੁੰਦਾ ਹੀ ਨਹੀਂ, ਜਿਹਦਾ ਗੁਰੂ ਦੇ ਨਾਲ ਮੇਲ ਰਹੇ ਉਹਦਾ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਹੈ ਜਿਹੜੀ ਨਾਸ਼ ਨਹੀਂ ਕਰ ਸਕਦੀ, ਕੁਛ ਨਹੀਂ ਦੇ ਸਕਦੀ, ਵਿਘਨ ਨਹੀਂ ਪਾ ਸਕਦੀ, ਵਿਛੋੜਾ ਹੁੰਦਾ ਹੀ ਨਹੀਂ ਹੈ ਸੰਸਾਰ ਨਾਲ, ਸਦਾ ਆਨੰਦ ਦੇ ਵਿੱਚ ਉਹ ਆਤਮਾ ਦੇ ਵਿੱਚ ਰਹਿੰਦਾ, ਬਾਹਰ ਜਾਣ ਦਾ ਕਬੇਰੀ ਆ ਹਰ ਸੱਜਣ ਆਹ। ਸੋ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਜੀ ਦਇਆ ਕਰਦੇ ਹਨ, ਮੈਂ ਲੱਖਾਂ ਵਾਰ ਕੁਰਬਾਨ ਜਾਵਾਂ ਇਹੋ ਜਿਹੇ ਸੱਜਣ ਤੋਂ ਜਿਹਦੇ ਤੱਕ ਇੰਦਰੀਆਂ ਦੀ ਮਨ ਕਰਕੇ ਧਨ ਕਰਕੇ ਗੱਲ ਪਹੁੰਚ ਹੈ ਹੀ ਨਹੀਂ, ਅਗਾਹ ਜਿਹਦਾ ਕੋਈ ਗਾਹ ਸਾਹ ਨਹੀਂ ਪਾ ਸਕਦਾ, ਜਿਹੜਾ ਬਾਤ ਕਿੱਡੇ ਬਲ ਵਾਲਾ ਹੈ, ਨਾ ਉਹਦੇ ਤੱਕ ਪਹੁੰਚ ਹੈ ਸਰੀਰ ਕਰਕੇ ਮਨ ਬੁੱਧ ਕਰਕੇ, ਨਾ ਉਹਦਾ ਕੋਈ ਥਾਹ ਪਾ ਸਕਦਾ ਹੈ, ਸਮੁੰਦਰ ਦੀ ਤਰ੍ਹਾਂ ਅਥਾਹ, ਆਕਾਸ਼ ਦੀ ਤਰ੍ਹਾਂ ਅਗਾਹ, ਸਰਮ ਪਈ ਨਾਰਾਇਣ ਨਾਨਕ ਦਰ ਪਈ ਆ। ਪਰ ਇੱਕ ਗੱਲ ਸਤਿਗੁਰੂ ਜੀ ਦਇਆ ਕਰਦੇ ਹਨ, ਵਾਹਿਗੁਰੂ ਹੈ ਉਹ ਸਰਮ ਕਰਦਾ ਹੈ, ਭਾਵ ਨਾਜ ਰੱਖਦਾ ਹੈ, ਨਾਰਾਇਣ ਵਾਹਿਗੁਰੂ ਬਾਣੀ ਦੇ ਵਿੱਚ ਵਸਿਆ ਹੋਇਆ, ਜਿਹਨੇ ਆ ਕੇ ਸਿਰ ਹੈ ਮੱਥਾ ਹੈ ਜਿਹੜਾ ਸਤਿਗੁਰੂ ਦੇ ਚਰਨਾਂ ਦੇ ਉੱਤੇ ਆ ਕੇ ਝੁਕਾ ਦਿੱਤਾ ਸੱਚੇ ਦਿਲੋਂ ਧੁਰ ਅੰਦਰੋਂ, ਵਾਹਿਗੁਰੂ ਲਾਜ ਰੱਖਦਾ ਆਪਣੇ ਬਿਰਧ ਦੀ ਲਾਜ ਰੱਖਦਾ ਹੈ, ਸਰਮ ਪਏ ਦੀ ਸਰਮ ਪਏ ਨਕਈ ਨਾਰਾਇਣ ਨਾਨਕ ਦਰ ਪਈ ਆਹ, ਦਰ ਦੇ ਉੱਤੇ ਡਿੱਗੇ ਹੋਏ ਦੀ ਉਹ ਲਾਜ ਰੱਖਣ ਵਾਲਾ ਹੈ, ਸਰਮ ਕਰਦਾ ਹੈ ਆਪਣੀ ਭਗਤੀ ਦਾ ਦਾਨ ਦੇ ਕੇ ਬਚਾ ਲੈਂਦਾ ਹੈ ਪਾਪਾਂ ਦੁੱਖਾਂ ਤੋਂ।